ਮੋਗਾ ਜ਼ਿਲ੍ਹੇ ਦੇ ਬਾਗਾ ਪੁਰਾਣਾ ਸ਼ਹਿਰ ਵਿੱਚ ਕੁਝ ਘੰਟੇ ਪਹਿਲਾਂ ਇੱਕ 24 ਸਾਲਾ ਨੌਜਵਾਨ ਦਾ ਕਤਲ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬਾਗਾ ਪੁਰਾਣਾ ਦੀ ਦਲੀਪ ਬਸਤੀ ਵਿੱਚ ਅਣਪਛਾਤੇ ਲੋਕਾਂ ਵੱਲੋਂ ਉਕਤ ਮਨਪ੍ਰੀਤ ਸਿੰਘ ਉਰਫ ਕਾਂਚਾ ਪੁੱਤਰ ਨਿਰਭੈ ਸਿੰਘ ਨਾਮਕ ਨੌਜਵਾਨ ਦਾ ਕਿਸੇ ਪੁਰਾਣੀ ਰੰਜਿਸ਼ ਕਾਰਨ ਤੇਜ਼ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਬਾਗਾ ਪੁਰਾਣਾ ਪੁਲਿਸ ਨੇ ਘਟਨਾ ਸਥਾਨ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕਤਲ ਹੋਣ ਦੇ ਕੀ ਕਾਰਨ ਹੈ, ਇਹ ਸਾਰਾ ਕੁਝ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਘਟਨਾ ਇਹ ਵਾਪਰੀ ਰਾਤ ਨਾ, ਪਰਸੋਂ ਵਾਲੀ ਰਾਤ ਮੇਰੇ ਬਾਪੂ ਨੇ ਨਾ ਪੁੱਠਾ ਬੋਲਿਆ ਸੀ, ਉਹ ਮੁੰਡਾ ਗਾਲਾਂ ਗੁਲਾਂ ਕੱਢੀਆਂ ਸੀ। ਕੌਣ, ਕੀ ਨਾਮ ਉਹਦਾ? ਉਹਦਾ ਨਾਂ ਹੈਗਾ ਲਵਲੀ ਆ, ਤੇ ਉਹ ਮੇਰਾ ਸੁਭਾ ਭਰਾ ਆ। ਉਹਨੇ ਉਹਦੇ ਚਪੇੜੇ ਚਪੂੜੇ ਮਾਰੇ, ਤੇ ਚਲੋ ਜੀ ਗੱਲ ਟੈਕ ਗਈ, ਉਹਨਾਂ ਨੇ ਵੀ ਮਾਰੇ ਤੇ ਇਹਨਾਂ ਨੇ ਵੀ ਮਾਰੇ, ਤੇ ਗੱਲ ਐ ਹੋਈ। ਚਲ ਉਹ ਬੇਸਲਾ ਹੋਇਆ ਸੀ, ਉਹ ਪਿੰਡ ਚ ਲਿਆ ਸੀਗਾ ਦਸੂਹੇ ਆਪਣੀ ਦੁਕਾਨ ਆਈ, 23 ਸਾਲ ਦੀ ਉਹਦੀ ਉਮਰ ਆਈ, ਵਿਆਹ ਸੀਗਾ, ਤੇ ਇਹਨਾਂ ਨੇ ਮੁੰਡੇ ਮੁੰਡੇ ਸੱਦੇ ਸੀ 15-16 ਜਣੇ ਗੱਡੀ ਤੇ, ਤੇ ਫੋਨ ਲਾ ਕੇ ਕੁੜੀ ਨੀ ਸੱਦੇ ਸੀਗੇ ਉਹਦੀ ਭੈਣ ਨੇ, ਤੇ ਉੱਥੇ ਕੁੱਟਮਾਰ ਕੀਤੀ, ਉਹਨੂੰ ਵੱਢ ਗਈ, ਵਿਆਹ ਸੀਗਾ ਉਹਨਾਂ ਦੀ, ਉਹ ਭੈਣ ਸੀਗੀ, 7 ਮਹੀਨੇ ਹੋਈ ਸੀਗੇ ਲਵ ਮੈਰਿਜ ਕਰਵਾਈ। ਕੀ ਨਾਮ ਸੀ ਉਹਦਾ? ਮਨਪ੍ਰੀਤ ਸਿੰਘ ਆ ਜੀ ਉਹਦਾ, ਜਿਹਦਾ ਕਤਲ ਹੋਇਆ। ਕੀ ਨਾਮ ਉਹਦਾ? ਮਨਪ੍ਰੀਤ ਸਿੰਘ ਆ ਜੀ। ਤੁਹਾਡਾ ਕੀ ਲੱਗਦਾ ਜੀ ਉਹ? ਮੇਰਾ ਛੋਟਾ ਬ੍ਰਦਰ ਆ ਜੀ। ਤੇ ਜਿਹੜੀ ਬੰਦਾ ਵਿਆਹਿਆ ਸੀ, ਮਾਰਿਆ ਕਿਹਨਾਂ ਨੇ ਆ? ਇਹ ਉਹਦੇ ਭਰਾਵਾਂ ਨੇ ਮਾਰਿਆ ਜੀ, ਕੁੜੀ ਦੇ ਨੇ, ਰਾਤ ਚਾਚੇ ਦਾ। ਮਾਰਿਆ ਕਿਵੇਂ? ਕੁੜੀ ਦੇ ਚਾਚੇ ਦਾ ਕਿਰਪਾਨਾਂ ਨਾਲ ਮਾਰਿਆ ਜੀ। ਇਹ ਘਟਨਾ ਵਾਪਰੀ ਕਿੱਥੇ ਆ? ਇਹ ਆਪਣਾ ਮੋਦਗੀ ਰੋਡ ਤੇ ਜੀ, ਐਕਸਿਸ ਬੈਂਕ ਕੋਲੇ। ਤੇ ਹੁਣ ਤੁਸੀਂ ਪੁਲਿਸ ਕੋਲ ਆਏ ਹੋ, ਪੁਲਿਸ ਤੁਹਾਨੂੰ ਕੀ ਕਹਿੰਦੀ? ਇਹ ਕਹਿੰਦੇ ਜੀ ਤੁਹਾਡਾ ਇਨਸਾਫ ਕਰਾਵਾਂਗੇ। ਜਿਹੜੇ ਬੰਦਿਆਂ ਨੇ ਮਾਰਿਆ ਉਹ ਬੰਦੇ ਕਿੱਥੇ ਨੇ ਗ੍ਰਿਫਤਾਰ? ਫਰਾਰ ਆ ਜੀ। ਕੋਈ ਅਰੈਸਟ ਕੀਤਾ ਪੁਲਿਸ ਨੇ? ਨਹੀਂ, ਉਹਨਾਂ ਦੀ ਲੇਡੀਜ਼ ਅਰੈਸਟ ਹੋਈ। ਕੀ ਨਾਮ ਹੈ ਤੁਹਾਡਾ? ਇੱਕ ਘਟਨਾ ਹੋਈ ਹੈ, ਕੀ ਘਟਨਾ ਹੋਈ ਹੈ ਸਾਰੀ? ਇਹ ਕੰਮ ਤੋਂ ਤੁਰੀ ਜਾਂਦੀ ਸੀਗੀ, ਤੇ ਮੇਰੇ ਮੂਹਰੇ ਮੁੰਡੇ ਨੂੰ ਵੱਢ ਕੇ ਸਿੱਟ ਗਏ। ਜਦੋਂ ਮੈਂ ਕੋਲੇ ਜਾ ਕੇ ਵੇਖਿਆ, ਉਦੋਂ ਉਹ ਗਲੀ ਦੇ ਵਿੱਚ ਭੱਜ ਗਏ, 10-12 ਜਾਣੇ ਮੁੰਡੇ ਸੀਗੇ। ਕਿਹਨੂੰ ਮਾਰਿਆ, ਕਿਹਨੂੰ ਕੁੱਟਿਆ ਜੀ? ਮੁੰਡਾ ਮੇਰੇ ਜੇਠ ਦਾ ਮੁੰਡਾ ਸੀ। ਕੀ ਨਾਮ ਹੈ ਉਹਦਾ? ਮਨਪ੍ਰੀਤ। ਉਹਦੇ ਨਾਲ ਕਿੰਨੇ ਜਾਣੇ ਸੀ? ਮਨਪ੍ਰੀਤ ਦੇ ਨਾਲ? ਮਨਪ੍ਰੀਤ ਦੇ ਨਾਲ ਕੋਈ ਨਹੀਂ, ਇਕੱਲਾ ਜਾਣੇ ਸੀ। ਜਿਹੜੇ ਮਾਰ ਕੁੱਟਣ ਵਾਲੇ ਸੀ ਉਹ ਤੁਸੀਂ ਦੇਖ ਕੇ ਕਿੰਨੇ ਜਾਣੇ ਸੀ? ਉਹ 10-12 ਜਾਣੇ ਸੀ। ਕੀ ਦੁਸ਼ਮਣੀ ਕੀ ਸੀ ਉਹਨਾਂ ਨਾਲ? ਦੁਸ਼ਮਣੀ ਰਾਤ ਹੀ ਬੋਲੇ ਸੀ ਮਾੜਾ ਜਿਹਾ ਬਸ। ਉਦੋਂ ਪਹਿਲਾਂ ਕੋਈ ਨਾਲ ਬੋਲੇ ਸੀ? ਉਦੋਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਕੋਈ ਨਾ, ਕੋਈ ਗੱਲ ਨਹੀਂ ਸੀ ਵੀਰੇ, ਪਹਿਲਾਂ ਕੋਈ ਗੱਲ ਨਹੀਂ ਸੀ। ਰਾਤ ਸਟੋਰੀ ਆਇਆ ਤਾਂ ਕੋਈ ਚੱਕਰ ਨਹੀਂ ਸੀ, ਕੁੜੀ ਵਾਲੇ ਤਾਂ ਬੋਲੇ ਹੀ ਨਹੀਂ, ਉਹਦਾ ਮਿਲਣ ਵਰਤਣ ਲੱਗ ਸੀ ਜਿਹੜੇ ਚਾਚੇ ਤਾਏ ਆ ਉਹਨਾਂ ਨੇ ਚੱਕ ਚੱਕ।